बिसमिल्ल अस्सलाम वालेकुम दोस्तों मैं हूं आपका मेज़बान मुसैब खबलोच और आप देख रहे हैं हमारा यूट्यूब चैनल एंड फेसबुक पेज बिज़नेस टॉक्स विद एम के जी तो दोस्तों आज हम पहुंचे हैं डेरी फार्मिंग पे तो डेयरी फार्मिंग के हवाले से आपको इन्फॉर्मेशन देंगे कि आया कि ये बिज़नेस किस तरह का और दूध बढ़ाने के हवाले से खूशी हमारी आजकल वीडियो आ रही है ये मैसेज आ रहे हैं कि आप इसकी वीडियो बनाया करें ज़्यादा से ज़्यादा और खंगड़ भैंसों के हवाले से भी इन्फॉर्मेशन देंगे कि आया कि ये बिज़नेस किस तरह का और जो भाई खंगड़ भैंसों का कारोबार करना चाहते हैं ला कर सैल करना चाहते हैं या इसके अलावा इनको रख कर इन पाल कर आगे दूध के लिए रखना चाहते हैं वो भी बिज़नेस के हवाले से इन्फॉर्मेशन देंगे तो चलते हैं छोटे भाई के पास उनसे मालूम लेते हैं आया कि ये कारोबार किस तरह का है और वो कितनी देर से कर रहे हैं तो चलते हैं उनके पास उससे पहले जो भाई चैनल पर नए हैं चैनल को सब्सक्राइब कर लें اور ساتھ گھنٹی کے نشان کو دبا دیں تاکہ جب بھی ہماری نئی سے نئی ویڈیو آئے اس کا نوٹیفیکیشن آپ تک پہنچے۔ تو چلتے ہیں ان کے پاس ان سے معلومات لیتے ہیں۔ السلام علیکم۔ وعلیکم السلام۔ جناب دا کی نا ہے؟ دانش بلوچ۔ بلوچ صاحب اپنا علاقہ کیڑا ہے؟ پنڈ عظیم پورہ ضلع قاصور۔ ضلع قاصور۔ جی۔ سب تو پہلے یہ دسو کہ اس کاروبار چ کتنا چہر ہو گیا تانوں ایں نو؟ دو تو تین سال ہو چکے نے اس کاروبار چا۔ ਇਸ ਫੀਲਡ ਦੇ 2-3 ਸਾਲ ਦਾ ਦੋ ਤਿੰਨ ਸਾਲ ਦਾ ਅਰਸਾ ਹੋ ਚੁੱਕਿਆ ਹੈ ਇਹ ਕਾਰੋਬਾਰ ਕਿਸ ਤਰ੍ਹਾਂ ਦਾ ਹੈ ਕਾਰੋਬਾਰ ਫਾਰਮਿੰਗ ਦਾ ਡੇਰੀ ਫਾਰਮ ਹੈ ਬਹੁਤ ਫਾਇਦੇਮੰਦ ਕਾਰੋਬਾਰ ਹੈ ਹਾਂ ਡੇਰੀ ਫਾਰਮਿੰਗ ਦਾ ਬਿਜ਼ਨਸ 100% ਕਾਰੋਬਾਰ ਬੈਸਟ ਹੈ ਅੱਛਾ ਜਦੋਂ ਤੁਸੀਂ ਇਸ ਫੀਲਡ ਦੇ ਵਿੱਚ 2 ਸਾਲ ਪਹਿਲੇ ਆਏ ਸੀ ਇਹ ਤੁਹਾਨੂੰ ਕਿੰਨੇ ਕਿਹਾ ਸੀ ਇਹ ਕਿੱਥੋਂ ਆਈਡੀਆ ਆਇਆ ਸੀ ਇਹ ਕਾਰੋਬਾਰ ਵਿਚ ਆਨ ਇਹ ਜੀ ਵਾਲਾ ਸਾਹਿਬ ਨੇ ਮੈਂ ਸਟੱਡੀ ਤੋਂ ਬਾਅਦ ਵਿਲਾ ਹੋਇਆ ਸੀ ਨਾ میٹرਕ ਤੋਂ ਬਾਅਦ ਤੇ ਵਾਲਾ ਸਾਹਿਬ ਨੇ ਆਈਡੀਆ ਦਿੱਤਾ ਕਿ ਏ ਡੇਰੀ ਫਾਰਮ ਦੇ ਵਿੱਚ ਬੜਾ ਫਾਇਦਾ ਹੈਗਾ ਤੇ ਇੱਕ ਕਾਰੋਬਾਰ ਚੁਜ਼ ਕੀਤਾ ਮੈਂ ਕਾਰੋਬਾਰ ਦਾ ਵੈਸੇ ਹੋਰ ਵੀ ਮੈਂ ਕਰਨਾ ਸੀ ਲੇਕਿਨ ਇਹ ਜਦੋਂ ਕਾਰੋਬਾਰ ਮੈਂ ਕੀਤਾ ਮੈਨੂੰ ਅੰਦਾਜ਼ਾ ਆਇਆ ਕਿ ਵਾਕਈ ਇਹ ਕਾਰੋਬਾਰ ਬੜਾ ਹੀ ਫਾਇਦੇਮੰਦ ਹੈ ਬੈਨੀਫਿਟ ਹੈ ਬਹੁਤ ਜ਼ਿਆਦਾ ਬੈਨੀਫਿਟ ਹੈ ਇਸ ਟਾਈਮ ਇਸ ਟਾਈਮ ਬਹੁਤ ਜ਼ਿਆਦਾ ਬੈਨੀਫਿਟ ਹੈ ਕਿਉਂਕਿ ਇਸ ਟਾਈਮ ਵੇਖੋ ਤੁਸੀਂ ਹਕੂਮਤ ਦੇ ਆਨ ਜਾਣ ਖਰਚੇ ਖੁੱਚੇ ਤਾਂ ਕੋਈ ਪਰਵਾਹ ਨਹੀਂ ਹੈਗੀ ਇੱਕ ਇੱਕ ਤਰਤੀਬ ਨਾਲ ਕੰਮੇ ਜਾ ਰਿਹਾ ਹੈ ਫਾਇਦੇਮੰਦ ਜਾ ਰਿਹਾ ਹੈ ਫਾਇਦੇਮੰਦ ਜਾ ਰਿਹਾ ਹੈ ਅੱਛਾ ਇਸ ਟਾਈਮ ਫਾਰਮ ਤੇ ਇਸ ਜੰਗਾਂ ਦੇ ਕਿੰਨੇ ਜਾਨਵਰ ਮੌਜੂਦ ਖੜੇ ਨੇ 25 ਤੋਂ 27 ਜਨਵਰੀ ਐਸ ਟਾਈਮ ਮੌਜੂਦ ਹੈਗੇ ਨੇ ਛੋਟੇ ਵੱਡੇ ਛੋਟੇ ਵੱਡੇ ਪਾ ਕੇ ਛੋਟੇ ਵੱਡੇ ਪਾ ਕੇ ਟੋਟਲ 625 ਤੋਂ 27 ਜਨਵਰੀ ਮੌਜੂਦ ਖੜੇ ਨੇ ਇਹਨਾਂ ਵਿੱਚੋਂ ਕਿਹੜੀ ਕਿਹੜੀ ਨਸਲ ਦੀਆਂ ਤੁਹਾਡੇ ਕੋਲ ਮੱਝਾਂ ਮੌਜੂਦ ਖੜੀਆਂ ਨੇ ਹੋ ਵੀ ਜ਼ਰਾ ਵਜ਼ਾਹਨਾ ਦੱਸੋ 라ਵੀ ਹੈਗੀਆਂ ਨੇ ਦੇਸੀ ਵੀ ਨੇ ਬਲਤੀ ਨੇ ਨੀਲੀ 라ਵੀ ਦੀਆਂ ਖੜੀਆਂ ਹੋਈਆਂ ਨੇ ਨੀਲੀ ਰੰਗ ਦੀ ਠੀਕ ਹੋ ਗਿਆ ਐਸ ਟਾਈਮ ਤੁਸੀਂ ਇਹ ਕਾਰੋਬਾਰ ਕਰ ਰਹੇ ਤੇ ਬਹੁਤ ਬਿਹਤਰੀ ਨੇ ਬਹੁਤ ਬਿਹਤਰੀ ਨੇ ਅਗਰ ਕੋਈ ਆਮ ਬੰਦਾ ਕੋਈ ਜਿਹੜਾ ਹੁੰਦਾ ਜ਼ਿੰਮੇਦਾਰ ਜ਼ਰਾਤ ਉਹ ਇਹ ਕੰਮ ਕਰਨਾ ਚਾਹੁੰਦੇ ਨੇ ਉਹ ਦੁੱਧ ਦਾ ਕੰਮ ਕਰਨ ਜਾਂ ਮੱਝਾਂ ਪਾਛੋਟੇ ਜੜ ਬਜ ਕਟੀਆਂ ਹੁੰਦੀਆਂ ਜਾਂ ਕੱਟੇ ਉਹਨਾਂ ਦਾ ਬਿਜ਼ਨਸ ਕਰੇ ਅੱਛਾ ਇਹਨੇ ਵੀ ਦੋ ਯਾਨੀ ਕਿ ਦੋ ਟਾਈਪਸ ਆ ਜਾਂਦੀਆਂ ਨੇ ਇੱਕ ਮੱਝਾਂ ਯਾਨੀ ਇਹ ਦੁੱਧ ਦਾ ਜਿਹੜਾ ਫਾਰਮਿੰਗ ਕੰਮ ਕਰਨਾ ਉਹ ਵੀ ਬੈਸਟ ਹੋ ਗਿਆ ਤੇ ਉਸ ਤੋਂ ਜ਼ਿਆਦਾ ਬੈਸਟ ਹੈ ਕਿ ਛੋਟੇ ਛੋਟੇ ਕੱਟੇ ਵਜ ਮੱਛਾ ਵਜਾਂ ਯਾਨੀ ਕੱਟੇ ਛੋਟੇ ਜਾਨਵਰ ਲੈ ਕੇ ਨਾ ਉਹਨਾਂ ਨੂੰ ਪਾਲਨ ਪਾਲ ਕੇ ਫਿਰ ਉਹਨਾਂ ਨੂੰ ਸੇਲ ਕਰਨ ਇਹ ਬਿਹਤਰੀਨ ਕੰਮ ਹੈ ਵੀ ਹੈਗਾ ਤੇ ਦੁੱਧ ਦਾ ਵੀ ਕੰਮ ਬਹੁਤ ਬਿਹਤਰੀਨ ਹੈ ਤੁਸੀਂ ਦੁੱਧ ਦੇ ਹਵਾਲੇ ਨਾਲ ਡੇਰੀ ਫਾਰਮਿੰਗ ਦੇ ਹਵਾਲੇ ਨਾਲ ਪੁੱਛਨੇ ਆ ਕਿ ਅਗਰ ਦੁੱਧ ਦਾ ਬਿਜ਼ਨਸ ਕੀਤਾ ਜਾਵੇ ਉਹਦੇ ਵਾਸਤੇ ਉਹ ਬੈਸਟ ਹੈ ਜਾਂ ਦੂਸਰਾ ਬੈਸਟ ਹੈ ਨਹੀਂ ਉਹਦੇ ਵਾਸਤੇ ਮੈਂ ਦੁੱਧ ਦਾ ਹੀ ਕਹਾਂ ਦਾ ਦੁੱਧ ਦਾ ਬੈਸਟ ਹੈਗਾ ਕਿਸ ਤਰ੍ਹਾਂ ਯਾਨੀ ਕਿ ਵੇਖੋ ਨਾ ਤੁਸੀਂ ਕਿ ਇਸ ਟਾਈਮ ਹਰ ਚੀਜ਼ ਯਾਨੀ ਕਿ ਦੁੱਧ ਮਹਿੰਗਾਈ ਦੇ ਦੌਰ ਵਿੱਚ ਮਹਿੰਗਾਈ ਦੇ ਦੌਰ ਵਿੱਚ ਮਹਿੰਗਾਈ ਦੇ ਦੌਰ ਵਿੱਚ ਦੁੱਧ ਦੀ ਬੜੀ ਡਿਮਾਂਡ ਹੈਗੀ ਆ ਯਾਨੀ ਕਿ ਡੇਲੀ ਰੋਜ਼ਮਰਾ ਜ਼ਿੰਦਗੀ ਚ ਇਸਤੇਮਾਲ ਹੁੰਦਾ ਹੈ ਜਿਹੜੇ ਦੂਸਰੇ ਦੂਸਰੇ ਕਾਰੋਬਾਰ ਦੇ ਚੱਲਿਏ ਉਹ ਨਿੱਕੇ ਵੱੱਛੇ ਕੱਟੇ ਲੈ ਕੇ ਉਹਨਾਂ ਨੂੰ ਸਾਮਣਾ ਤੋਂ ਜ਼ਿਆਦਾ ਲੰਮਾ ਪਰਸਾ ਸਾਲ 1.5 ਸਾਲ ਦਾ ਸੋਣ ਇਹ ਹੁਣ ਆ ਲੈ ਲੀਆਂ ਨੇ ਗਾਵਾਂ ਮੱਝਾਂ ਲੈ ਲੀਆਂ ਨੇ ਦੁੱਧ ਦੇਂਦੀਆਂ ਨੇ ਤੇ ਡੇਲੀ ਬੇਸ ਤੇ ਦੁੱਧ ਵੇਚੀ ਦਾ ਵੇਚ ਕੇ ਤੇ ਪੈਸੇ ਕਮਾਈ ਦੇ ਅੱਛਾ ਦੁੱਧ ਦਾ ਡੇਲੀ ਇਸ ਪਿੰਡ ਦੇ ਵਿੱਚ ਕੀ ਰੇਟ ਚੱਲਦਾ ਪਿਆ ਐਸ ਪਿੰਡ ਦੇ ਵਿੱਚ ਐਸ ਟਾਈਮ 130 140 150 ਤੱਕ ਜਾ ਰਿਹਾ 130 ਮੱਝ ਦਾ ਜ਼ਿਆਦਾ ਜਾ ਰਿਹਾ ਗਾਂ ਦਾ ਜ਼ਿਆਦਾ ਜਾ ਰਿਹਾ ਗਾਂ ਦਾ ਥੋੜਾ ਜਿਆਦਾ ਅਗਰ ਇਹ ਸ਼ਹਿਰ ਲੈਵਲ ਤੇ ਦੁੱਧ ਦਾ ਕੰਮ ਕੀਤਾ ਜਾਵੇ ਉਹ ਜ਼ਿਆਦਾ ਨਹੀਂ ਪ੍ਰੋਫਿਟ ਸ਼ਹਿਰ ਲੈਵਲ ਤੇ ਇਸ ਟਾਈਮ ਮੈਂ ਸੁਣਨ ਚਾਹ ਰਹੀ 200 ਦੇ ਕਰੀਬ ਹੈ ਦੁੱਧ 200 ਦੇ ਕਰੀਬ ਉਹ ਵੀ ਵੀ ਲੱਭਦਾ ਨਹੀਂ ਦੁੱਧ ਇਹਨਾਂ ਪਿੰਡ ਚ ਹੁਣ ਪਿੰਡ ਚ ਅਸੀਂ ਹੈਗੇ ਜਿਨ੍ਹਾਂ ਕੋਲ ਮਾਲ ਡੰਗਰ ਨਹੀਂ ਹੈਗਾ ਉਹਨਾਂ ਨੂੰ ਦੁੱਧ ਛੇਤੀ ਨਹੀਂ ਲੱਭਦਾ ਤੇ ਸ਼ਹਿਰ ਤੇ ਫਿਰ ਹੋਰ ਗੱਲ ਹੈ ਡੇਰੀ ਫਾਰਮਿੰਗ ਕਰਨ ਵਾਸਤੇ ਆਪਣੀ ਜਗ੍ਹਾ ਦਾ ਹੋਣਾ ਲਾਜ਼ਮੀ ਬਿਲਕੁਲ ਆਪਣੀ ਜਗ੍ਹਾ ਹੋਣੀ ਚਾਹੀਦੀ ਹੈ ਇੱਕ ਕਨਾਲ ਹੀ ਕਰ ਲਓ ਨਾਲ ਜਗਾ ਆਉਣੇ ਚਾਹੀਦੇ ਆ ਬਰਾਂਡਾ ਹੋਣੇ ਚਾਹੀਦੇ ਨੇ ਵਾਸਤੇ ਤੇ ਨਾਲ ਤਲਾਹ ਹੋਣਾ ਚਾਹੀਦਾ ਜਿੱਥੇ ਇਹਨਾਂ ਨੂੰ ਨਵਾਇਆ ਨੂੰ ਆਇਆ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਫਸਲ ਦੇ ਹਵਾਲੇ ਨਾਲ ਆਇਆ ਜਾਵੇ ਤੇ ਪੱਠੇ ਜਿੱਥੇ ਬੀਜਣੇ ਨੇ 2 ਏਕੜ ਜਾਂ 3 ਏਕੜ ਲਾਜ਼ਮੀ ਹੋਣੇ ਚਾਹੀਦੇ ਨੇ ਕਿਉਂਕਿ 1 ਏਕੜ ਦੇ ਅਗਰ ਫਸਲ ਪੱਠੇ ਖਤਮ ਹੁੰਦੇ ਨੇ ਤੇ ਪਰੇਸ਼ਾਨੀ ਨਾ ਹੋਵੇ ਡੰਗਰਾਂ ਤੇ ਦੂਸਰੇ ਏਕੜੇ ਬੰਦਾ ਇਸਤੇਮਾਲ ਕਰ ਸਕੇ ਅੱਛਾ ਅਗਰ ਜਾਨਵਰ ਚਰਾਇਦੇ ਚਰਾਏ ਜਾਵਣ ਹਾਂ ਉਹ ਵੀ ਬਿਹਤਰੀਨ ਹੈ ਜਾਂ ਬਹੁਤ ਜ਼ਿਆਦਾ ਬਿਹਤਰੀਨ ਹੈ ਅਗਰ ਚਰਾਇਦੇ ਲ ਜਾਂਦਾ ਜੇ ਸੁਬਾਹ ਲੈ ਕੇ ਸ਼ਾਮ ਤੱਕ ਚਰਾਏ ਜਾਵਣ ਇੱਕ ਹੁੰਦਾ ਇਹ ਹੁੰਦਾ ਇਹ ਹੁੰਦਾ ਕਿ ਦੁੱਧ ਥੋੜਾ ਜਿਹਾ ਘੱਟ ਹੁੰਦਾ ਹੁੰਦਾ ਜਿਹੜੇ ਚਰਾਣ ਲੈ ਕੇ ਜਾਈਦੇ ਨਾ ਉਹਦਾ ਦੁੱਧ ਘੱਟ ਹੁੰਦਾ ਉਹਦੇ ਮੁਕਾਬਲੇ ਜਿਹੜੇ ਇੱਥੇ ਬਹਿ ਕੇ ਯਾਨੀ ਖਾਂਦੇ ਨੇ ਉਹ ਜ਼ਿਆਦਾ ਹੁੰਦਾ ਉਹਦੀ ਉਹਦੀ ਇੱਕ ਵਜ੍ਹਾ ਇਹ ਹੈ ਕਿ ਜਦੋਂ ਚਰਾਣ ਲੈ ਕੇ ਜਾਈਦੇ ਨਾ ਅਸੀਂ ਲੈ ਕੇ ਜਾਂਦੇ ਹਾਂ ਤੇ ਉਹ ਤੋਂ ਨਾ ਇੰਨਾ ਖਾਸ ਲਾਭਦਾ ਨਹੀਂ ਉਹ ਚੀਜ਼ ਜਿਹੜੀ ਇੱਥੇ ਆਣ ਕੇ ਨਾ ਵੀ ਪੱਠਿਆਂ ਨੂੰ ਜਿਹੜੀ ਦਿੱਤੀ ਹੁੰਦੀ ਹੈ ਇਹਨਾਂ ਨੂੰ ਫੀਡ ਵਗਾਰਾ ਦਿੱਤੀ ਜਾਂਦੀ ਉਹ ਦੇਈ ਦੀ ਇੱਥੇ ਆਣ ਕੇ ਤੇ ਉਹ ਜ਼ਿਆਦਾ ਦੁੱਧ ਦਿੰਦੀਆਂ ਹੂੰ ਹੂੰ ਅੱਛਾ ਤੁਸੀਂ ਦੁੱਧ ਵਿਦਾਨ ਦੇ ਤਰੀਕਾ ਦੱਸੋ ਕਿ ਕਿਹੜੀ ਸ਼ੇਪ ਆ ਰਹੇ ਵੰਡਾ ਪਾ ਰਹੇ ਦੇ ਕਮਾਨ ਪਾ ਰਹੇ ਦੇ ਆਲੂ ਪਾ ਰਹੇ ਦੇ ਕਿਹ ਸ਼ੇਪ ਆ ਰਹੇ ਦੇ ਵੰਡਾ ਪਾ ਵੰਡਾ ਬੈਸਟ ਹੈ ਵੰਡਾ ਬਿਹਤਰੀਨ ਖਾਲ ਚੋਕਰ ਨਹੀਂ ਪਾ ਰਹੇ ਦੇ ਖਾਲ ਚੋਕਰ ਉਸ ਤੋਂ ਥੱਲੇ ਆ ਜਾਂਦਾ ਨਾ ਸਭ ਤੋਂ ਯਾਨੀ ਕਿ ਟੌਪ ਤੇ ਵੰਡਾ ਜਾ ਰਹੇ ਵੰਡੇ ਤੋਂ ਥੱਲੇ ਖਾਲ ਖਾਲ ਤੋਂ ਫਿਰ ਚੋਕਰ ਆ ਜਾਂਦਾ ਮਾਈ ਦਾ ਸੀ ਉਹ ਵੀ ਪਾਈ ਦਾ ਲੇਕਿਨ ਟੌਪ ਤੇ ਵੰਡਾ ਹੀ ਹੈ ਟੌਪ ਦਾ ਬੰਦਾ ਦੁੱਧ ਜ਼ਿਆਦਾ ਹੁੰਦਾ। ਅੱਛਾ ਅਗਰ ਕੋਈ ਇੱਕ ਬੰਦੇ ਕੋਲ ਵੰਡੇ ਯਾਨੀ ਕਿ ਕਪੈਸਿਟੀ ਨਹੀਂ ਗਈ ਉਹ ਉਸ ਤੁਹਾਡੇ ਸਾਦਾ ਕੋ ਉਹਨੂੰ ਖਰਚਾ ਬਿਲਕੁਲ ਕੱਟੋ ਜਿੰਨਾ ਦੁੱਧ ਵਿੱਚ ਜ਼ਿਆਦਾ ਹੋਵੇ ਉਹਦਾ ਖਰਚੇ ਬਿਲਕੁਲ ਬਚਤ ਆਵੇ ਤਾਂ ਕਿ ਘਰੇਲੂ ਖਰਚਾ ਜਤ ਬਿਲਕੁਲ ਪੂਰੇ ਹੋ ਸਕਣ। ਉਹ ਰੋਟੀਆਂ ਪਾ ਸਕਦਾ ਹੈ। ਤੇ ਆਟਾ ਤੋੜ ਕੇ ਪਾ ਸਕਦਾ ਹੈ ਪੱਠਿਆਂ ਦੇ ਉੱਤੇ ਉਹਦੇ ਤਾਂ ਵੀ ਜ਼ਿਆਦਾ ਬੈਸਟ ਹੁੰਦਾ। ਆਟੇ ਦਾ ਰੇਟ ਕੀ ਹੈ ਪਤਾ ਹੈ ਗਈ? ਆਟੇ ਦਾ ਰੇਟ ਤਾਂ ਜ਼ਿਆਦਾ ਹੈਗਾ ਲੇਕਿਨ ਜ਼ਿਆਦਾਤਰ ਯਾਨੀ ਕਿ ਜੋ ਆਟਾ ਆਮ ਰੁਟੀਨ ਦਾ ਯਾਨੀ ਕਿ ਥੋੜਾ ਥੋੜਾ ਕਰਕੇ ਪਾਣਾ ਪਕੇੜਾ ਵੀ ਸਾਰਾ ਪਾ ਦੇਣਾ ਹੈ ਬਿਲਕੁਲ ਹਾਂ ਥੋੜਾ ਥੋੜਾ ਕਰਕੇ ਪਾਉਣ ਦੇ ਜ਼ਿਆਦਾ ਦੁੱਧ ਮਿਲਦਾ ਬਿਹਤਰੀਨ ਹੈ ਬਿਹਤਰੀਨ ਆਈਡੀਆ ਤੁਸੀਂ 2 ਏਕੜ ਦਾ ਕਹਿ ਰਹੇ ਸੀ ਕਿ 2 ਏਕੜ ਆਪਣੇ ਵਾਸਤੇ ਹੋਣੀ ਚਾਹੀਦੀ ਇੱਕ ਬੰਦੇ ਕੋਲ ਆਪਣੀ ਏਕੜ ਹੀ ਨਹੀਂ ਤਾਂ ਫਿਰ ਉਹ ਠੇਕੇ ਤੇ ਪਹਿਲੀ ਲੈ ਲਵੇ ਹਾਂ ਠੇਕੇ ਤੇ ਲਵੇ ਠੇਕੇ ਤੇ ਲੈ ਕੇ ਇਹਨੇ ਦੁੱਧ ਦੇ ਚ ਹੀ ਪੂਰੇ ਹੋ ਜਾਂਦੇ ਨੇ ਪੈਸੇ ਠੇਕੇ ਦੇ ਦੁੱਧ ਦੇ ਚ ਪੂਰੇ ਹੋ ਜਾਂਦੇ ਨੇ ਪੈਸੇ ਇਹਦਾ ਤਕਰੀਬਨ ਏ ਇੱਕ ਮੰਨ ਦੇ ਕਰੀਬ ਦੁੱਧ ਜਾਂਦਾ ਇੱਕ ਦਿਨ ਦਾ ਡੇਲੀ ਦਾ ਸਵੇਰ ਦਾ ਸ਼ਾਮ ਦਾ ਇੱਕ ਮੰਨ ਦੇ ਕਰੀਬ ਚਲਾ ਜਾਂਦਾ ਜਿਹੜਾ ਅਸੀਂ ਸੇਲ ਕਰੀਦਾ ਦੁੱਧ ਦੀ ਰੇਟ ਦੇ ਹਿਸਾਬ ਲਾਓ ਤੇ ਮਹੀਨੇ ਦਾ ਲਾਓ ਮਹੀਨੇ ਦਾ ਸਾਲ ਦਾ ਲਾਣ ਦੇ ਬਾਅਦ ਠੇਕੇ ਤੋਂ ਬਾਅਦ ਵੀ ਵੀ ਬੰਦਾ ਇੰਨੇ ਪੈਸੇ ਇੱਥੋਂ ਬਚਾ ਸਕਦਾ ਇਸ ਕਾਰੋਬਾਰ ਦੇ ਵਿੱਚ ਡੇਰੀ ਫਾਰਮਿੰਗ ਅੱਛਾ ਤੁਸੀਂ ਇਸ ਕਾਰੋਬਾਰ ਵਿੱਚ ਕੀ ਕੀ ਕਮਾਇਆ ਕੀ ਕੀ ਕੁਝ ਖਟਾਏਂ ਦੇ ਚੋ ਸਭ ਤੋਂ ਪਹਿਲੇ ਜੀ ਮੇਰੇ ਕੋਲ 2-3 ਡੰਗਰ ਰਹਿ ਗਏ ਸਨ ਸਭ ਤੋਂ ਪਹਿਲੇ ਤੇ ਦੁੱਧ ਵੇਚ-ਵੇਚ ਕੇ ਵੇਚ-ਵੇਚ ਕੇ ਯਾਨੀ ਕਿ ਆ ਸਾਰੇ ਡੰਗਰ ਆਏ ਮੇਰੇ ਕੋ 5 الحمدللہ 5 ਤੋਂ 27 ਡੰਗਰਾਂ ਦਾ ਮੈਂ ਮਾਲਕ ਹੋ ਗਿਆ ਤੇ ਜ਼ਮੀਨ ਵੀ ਲਈ ਆ ਆਪਦੀ ਦੁੱਧ ਦੇ ਵਿੱਚੋਂ ਹੀ ਤੇ ਇਨਸ਼ਾਅੱਲਾ ਇਹ ਕਾਰੋਬਾਰ ਨੂੰ ਹੋਰ ਵਧਾਣਾ ਹੈ ਹੋਰ ਡੰਗਰ ਕਰਨੇ ਨੇ 50 ਤੋਂ 100 ਡੰਗਰਾਂ ਦੇ ਕਰੀਬ ਲੈ ਜਾਣੇ ਨੇ ਜ਼ਿਆਦਾ ਇਹ ਬਿਜ਼ਨਸ ਨੂੰ ਤੁਸੀਂ ਤਰਜੀਹ ਦੇ ਰਹੇ ਜੀ ਜੀ ਬਿਜ਼ਨਸ ਇਹ ਕਾਰੋਬਾਰ ਜ਼ਿਆਦਾ ਮੁਸ਼ਕਲ ਹੈ ਕਿ ਆਸਾਨ ਹੈ ਵੇਖਿਆ ਜਾਵੇ ਮੁਸ਼ਕਲ ਵੀ ਹੈ ਲੇਕਿਨ ਆਸਾਨ ਵੀ ਹੈ ਪੈਸਾ ਯਾਨੀ ਕਿ ਇਹਨੇ ਪ੍ਰੋਫਿਟ ਜ਼ਿਆਦਾ ਹੈ ਇਸ وجہ ਤੋਂ ਅਗਰ ਸਵੈ ਦੇ حوالے ਨਾਲ ਤੁਹਾਡੇ ਕੋਲ ਪੁੱਛਾਂ ਅਗਰ ਸਫਾਈ ਨਾ ਹੋਵੇ ਕੋ ਦਿਨ ਕੀ ਮਸਲਾ ਬਣ ਸਕਦਾ ਕੋਈ ਪਰੇਸ਼ਾਨੀ ਆ ਸਕਦੀ ਹੈ ਜੀ ਸਪਾਈ ਅਗਰ ਵੇਖੋ ਨਾ ਹੁਣ ਆਪਾਂ ਜਿਸ ਘਾਰੇ ਚ ਰਹਨੇ ਆ ਅਗਰ ਘਾਰੇ ਚ ਆਪਾਂ ਰਹਨੇ ਆ ਤੇ ਉਹਦੀ ਸਫਾਈ ਨਹੀਂ ਹੁੰਦੀ ਤੇ ਆਪਾਂ ਨੂੰ ਉਸ ਤੋਂ ਬਿਮਾਰੀ ਲੱਗ ਸਕਦੀ ਹੈ ਨਾ ਬਿਲਕੁਲ ਯਾਨੀ ਕਿ ਖਾਂਸੀ ਛਿੰਕਾ ਐਜਿਦਿਆਂ ਲੱਗ ਸਕਦੀਆਂ ਨਾ ਤੇ ਡੰਗਰਾਂ ਦੇ ਵੀ ਐਵੇਂ ਹੀ ਹੁੰਦਾ ਸਾਬ ਇਹਨਾਂ ਦੀ ਅਗਰ ਪ੍ਰੋਪਰ ਸਫਾਈ ਨਾ ਕੀਤੀ ਜਾਵੇ ਪ੍ਰੋਪਰ ਤਰੀਕੇ ਨਾਲ ਇਹਨਾਂ ਦੀ ਕੇਅਰ ਨਾ ਕੀਤੀ ਜਾਵੇ ਤੇ ਇਹਨਾਂ ਨੂੰ ਬਿਮਾਰੀ ਲੱਗ ਸਕਦੀ ਹੈ ਤੇ ਉਸ وجہ ਤੋਂ ਦੋ ਦੋਦ ਨੂੰ ਫਰਕ ਪਿਆ ਜਾਂਦਾ ਹੈ ਤੇ ਇਹ ਖਾਂਡੀਆਂ ਵੀ ਕੱਟਣਾ ਪੱਠੇ ਖਾਣਾ ਕੱਟ ਹੋ ਜਾਂਦਾ ਹੈ ਤੇ ਇਸ ਵੇਲੇ ਤੁਹਾਨੂੰ ਸਫਾਈ لازਮੀ ਸਭ ਤੋਂ ਮੇਨ ਚੀਜ਼ ਸਫਾਈ ਐ ਸਫਾਈ ਰੱਖਣਾ ਉਸ ਤੋਂ ਬਾਅਦ ਡੰਗਰਾਂ ਨੂੰ ਰੱਖਣਾ ਅਗਰ ਕੋਈ ਬਿਮਾਰੀ ਖੁਦ ਆ ਨਾ ਖਾਸਾ ਇਹਨਾਂ ਨੂੰ ਆ ਜਾਂਦੀ ਹੈ ਹੁਣ ਦੇ ਵਾਸਤੇ ਤੁਸੀਂ ਪ੍ਰਾਈਵੇਟ ਡਾਕਟਰ ਲਿਆਂਦੇ ਦੇ ਜਾਂ ਸਰਕਾਰੀ ਸਰਕਾਰੀ ਡਾਕਟਰ ਲੈ ਕੇ ਆਈ ਦੱਸ ਹੁੰਦੀ ਰੀਜ਼ਨ ਕਿ ਕੋਈ ਕਿਉਂਕਿ ਮੇਰੇ ਸਵਾਲ ਸੋਲਣ ਕੁਝ ਭਾਈ ਕਹਿੰਦੇ ਨੇ ਕਿ ਪ੍ਰਾਈਵੇਟ ਸਰਕਾਰੀ ਡਾਕਟਰ ਹੁੰਦੇ ਸਰਕਾਰ ਦੇ ਉਹ ਬਸ ਦਵਾਈਆਂ ਇੰਨੇ ਐਮ ਨਹੀਂ ਦਿੰਦੇ ਜ਼ਿਆਦਾ ਖਾਸ ਨਹੀਂ ਦਿੰਦੇ ਜੇ ਪ੍ਰਾਈਵੇਟ ਡਾਕਟਰ ਹੁੰਦੇ ਨੇ ਉਹਨਾਂ ਦਵਾਈ ਦਾ ਅਸਰ ਜ਼ਿਆਦਾ ਹੁੰਦਾ ਕਿਉਂਕਿ ਉਹਨਾਂ ਪੈਸੇ ਵੀ ਲੈਣੇ ਹੁੰਦੇ ਨੇ ਇਹਨੇ ਕਿ ਰੀਜ਼ਨ ਅਗੇ ਜਿਹੜੇ ਪ੍ਰਾਈਵੇਟ ਡਾਕਟਰ ਹੁੰਦੇ ਨਾ ਉਹਨਾਂ ਦਵਾਈ ਦੇਣੀ ਹੈ ਉਹ ਯਾਨੀ ਕਿ ਐਮਰਜੈਂਸੀ ਦਵਾਈ ਦੇਣੀ ਹੁੰਦੀ ਹੈ ਜਿਹੜੀ 7 ਦੇ 9 ਦਿਨ ਬਾਅਦ ਨਾ ਡੰਗਣ ਨੂੰ ਦੁਬਾਰਾ ਫਿਰਨਾ ਉਹ ਮਸਲਾ ਆ ਜਾਂਦਾ ਜਿਹੜੇ ਸਰਕਾਰੀ ਡਾਕਟਰ ਹੁੰਦੇ ਨੇ ਉਹਨਾਂ ਨੂੰ ਪਿੱਛੋਂ ਦਵਾਈ ਮਿਲੀ ਹੁੰਦੀ ਹੈ ਐਗਜ਼ੈਕਟ ਦਵਾਈ ਹੁੰਦੀ ਹੈ ਯਾਨੀ ਕਿ ਉਹਨਾਂ ਨਾਲ ਬਿਮਾਰੀ ਨਹੀਂ ਹੁੰਦੀ ਦੁਬਾਰਾ ਉਹ ਉਸ ਤੋਂ ਇਲਾਵਾ ਬੰਦੇ ਦੇ ਪੈਸੇ ਦੀ ਬਚਤ ਹੋ ਜਾਂਦੀ ਹੈ ਸਰਕਾਰੀ ਡਾਕਟਰ ਆਂਦਾ ਦਵਾਈ ਦੇ ਕੇ ਜਾਂਦਾ ਉਹਦੇ ਅਸਰ ਵੀ ਛੇਤੀ ਹੁੰਦਾ ਇਸ ਹੋ ਜਾਂਦੀ ਬਿਲਕੁਲ ਅਸਰ ਵੀ ਥੋੜਾ ਲੇਟ ਹੁੰਦਾ ਲੇਕਿਨ ਉਹ ਫਾਇਦੇਮੰਦ ਕਾਲ ਨੂੰ ਹੋ ਸਕਦਾ ਹੈ ਫਾਇਦੇਮੰਦ ਹੁੰਦਾ ਕਾਲ ਨੂੰ अच्छा ਇਹਨਾਂ ਨੂੰ ਇਸ ਟਾਈਮ ਕਿਹੜੀ ਕਿਹੜੇ ਤੁਸੀਂ ਚਾਰਾ ਡਾਲਿਆ ਹੋਇਆ ਹੈ ਤੇ ਉਹ ਚਾਰਾ ਸਵੇਰ ਕਿਸ਼ਟਮ ਪਾਦੇ ਦੇ ਰਾਤ ਸ਼ਾਮ ਨੂੰ ਕਿਸ਼ਟਮ ਪਾਦੇ ਦੇ ਜਾਂ ਸਾਰਾ ਦਿਨ ਅੱਗੇ ਚਾਰਾ ਪੋ ਬਿਲਕੁਲ ਇਹ ਤਾਂ ਦੂਸਰਾ ਚੇਂਜ ਇਨ ਵੈਦਰ ਜਿਵੇਂ ਆਨੇ ਨੇ ਮੌਸਮ ਦੇ ਹਿਸਾਬ ਨਾਲ ਇਸ ਟਾਈਮ ਬਰਸੇਹਂ ਚੱਲ ਰਹੀ ਹੈ ਬਰਸੇਹਂ ਦੇ ਵਿੱਚ ਤੂੜੀ ਹੈ ਉਹ ਅਸੀਂ ਡਾਲਿਆ ਇਸ ਤੋਂ ਬਾਅਦ ਫਿਰ ਜਵਾਰ ਵਗੈਰਾ ਇਹ ਸਾਬ ਆ ਜਾਂਦਾ ਹੈ ਇਸ ਟਾਈਮ ਅਸੀਂ ਬਰਸੇਮ ਪਾਈ ਬਰਸੇਮ ਦੋ ਥੋੜੀ ਡਾਲੀ ਦੀ ਥੋੜੀ ਡਾਲੀ ਸਵੇ ਨੂੰ ਯਾਨੀ ਕਿ ਸਵੇ ਨੂੰ ਫਸਟ ਟਾਈਮ ਇੱਕ ਵਾਰੀ ਪਾ ਦੀ ਦਾ ਫਿਰ ਸ਼ਾਮ ਦਿਗਰ ਟਾਈਮ ਤੇ ਫਿਰ ਚੂਨ ਤੋਂ ਬਾਅਦ ਇੱਕ ਵਾਰੀ ਪਾ ਦੇ ਫਿਰ 10 ਟਾਈਮ ਪਾ ਦੇ ਬਸ ਤਿੰਨ ਟਾਈਮ ਪਾ ਦੇ ਗਰਮੀਆਂ ਦੇ ਵਿੱਚ ਸੁਰਤਿਆਲ ਚੇਂਜ ਹੋ ਜਾਂਦੀ ਕਿਉਂਕਿ ਸਰਦੀਆਂ ਦੇ ਇਸ ਜਾਂਦੇ ਬੱਝੇ ਰਹਿੰਦੇ ਨੇ ਜਾਨਵਾਰ ਹਾਂ ਗਰਮੀਆਂ ਸੁਰਤਿਆਲ ਚੇਂਜ ਹੋ ਜਾਂਦੀ ਹੈ ਕੋਫਰ ਫਿਰ 2-3 ਵਜੇ ਜਾਂ ਸਵੇ ਸ਼ਾਮ ਨੂੰ ਯਾ ਬੰਗਾ ਟਾਈਮ ਯਾਨੀ ਕਿ 3-4 ਵਜੇ ਰਾਤ ਨੂੰ ਤੁਸੀਂ ਪਾ ਦਿੰਦੇ ਨੇ ਇਹ ਆਮ ਬੰਦੇ ਨੂੰ ਕੀ ਤੇ ਦੂਜਾ ਤੁਸੀਂ ਦੱਸੋਗੇ ਕਿ ਕਾਰੋਬਾਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਆਮ ਬੰਦਾ ਕਾਰੋਬਾਰ ਕਰ ਸਕਦਾ ਹੈ ਇਹ ਕਾਰੋਬਾਰ ਬਹੁਤ ਅੱਛਾ ਹੈਗਾ ਆਮ ਬੰਦੇ ਵਾਸਤੇ ਮੇਰੀ ਇਹ ਤਜਵੀਜ਼ ਹੈਗੀ ਹੈ ਕਿ ਬਾਕੀ ਦੂਸਰੇ ਕਾਰੋਬਾਰ ਲਾਸ ਹੀ ਹੋ ਜਾਂਦਾ ਹੈ ਇਸ ਕਾਰੋਬਾਰ ਗਾਰੰਟੀ 100% ਗਾਰੰਟੀ ਕਿ ਲਾਸ ਨਹੀਂ ਹੋਏਗਾ ਮਿਹਨਤ ਤੇ ਦਿਲ ਲਗਿਨ ਨਾਲ ਕੰਮ ਕਰੋ ਕੋਈ ਲਾਸ ਨਹੀਂ ਹੋਏਗਾ ਅਗਰ ਕੋਈ ਜਾਨਵਰ ਸੇਲ ਕਰਨਾ ਆਵੇ ਇਹਦੇ ਕੋਈ ਪਰੇਸ਼ਾਨੀ ਆਂਦੀ ਕਿ ਨਹੀਂ ਆਂਦੀ ਨਹੀਂ ਬਿਲਕੁਲ ਨਹੀਂ ਆਂਦੀ ਕੋਈ ਪਰੇਸ਼ਾਨੀ ਨਹੀਂ ਆਂਦੀ ਮੰਡੀ ਜੋ ਜੋ ਹੋਵੇ ਕੋਈ ਰੇਡ ਲਵਾ ਲੋ ਵਪਾਰੀ ਵਗੈਰਾ ਕੋਈ ਬੈਂਸਾਂ ਨਾਲੋਂ ਤੁਹਾਨੂੰ ਗਾਵਾਂ ਦਾ ਬਿਜ਼ਨਸ ਚੰਗਾ ਲੱਗਿਆ ਜਾਂ ਗਾਵਾਂ ਨਾਲ ਬੈਂਸਾਂ ਦਾ ਚੰਗਾ ਲੱਗਿਆ ਬੈਂਸਾਂ ਦਾ ਜ਼ਿਆਦਾ ਚੰਗਾ ਲੱਗਦਾ ਕਿਉਂਕਿ ਬੈਂਸਾਂ ਇਕ ਤਾਂ ਇਹ ਪੈਂਸਾ ਡੇ ਟੂ ਡੇ ਦੁੱਧ ਵੰਡਾਉਂਦੀਆਂ ਨੇ ਤੇ ਜਿਹੜੀਆਂ گاਵਾ ਹੈਗੀਆਂ ਨਾ ਉਹ ਥੋੜਾ ਜਿਹਾ ਇਹਨਾਂ ਨਾਲ ਕੰਮ ਪ੍ਰੋਸੈਸਿੰਗ ਦਾ ਥੋੜਾ ਥੋੜਾ ਠੀਕ ਹੋ ਗਿਆ دانش بھائی ਕਿਉਂਕਿ ਜ਼ਾਨ ਵੀ ਆ ਰਹੀ ਹੈ ਵੀਡੀਓ ਵੀ ক্লোਜ਼ ਕਰ ਦਿਓ ਬਹੁਤ ਮਿਹਰਬਾਨ ਸ਼ੁਕਰੀਆ ਇਨਸ਼ਾਅੱਲਾ ਅਗਲੀ ਵੀਡੀਓ ਵਿੱਚ ਮਿਲਾਂਗੇ ਫਿਰ ਦੁਬਾਰਾ ਮੁਕੰਮਲ ਤਫਸੀਲਾਂ ਲਾਂਗੇ ਕੋਈ ਸਵਾਲ ਰਹਿ ਜਾਏ ਕਮੈਂਟ ਬਾਕਸ ਵਿੱਚ ਕਰ ਦਿਓ ਮਿਲਨੇ ਅਗਲੀ ਵੀਡੀਓ ਵਿੱਚ ਤਬ ਤੱਕ ਆਪਣੇ ਮੇਜ਼ਬਾਨ ਮੁਸਈਬ ਬਲੋਚ ਨੂੰ ਜਾਰੀ ਰੱਖੀਏ ਅੱਲਾ ਹਾਫਿਜ਼